ਸਭ ਤੋਂ ਪਹਿਲਾਂ ਨਾਤੇ ਸ਼ਰੀਫ ਜਿੱਥੋਂ ਕਲਾਮ ਜਿੱਥੋਂ ਗੱਲ ਸਟਾਰਟ ਹੋਈ ਹੈ, ਕਹਿੰਦੇ ਕਿ ਹਜ਼ਰਤ ਮੁਹੰਮਦ ਜੋ ਮੁਸਲਮਾਨਾਂ ਦੇ ਆਖਰੀ ਨਬੀ ਸੀ, ਉਹਨਾਂ ਦਾ ਇੱਕ ਦਿਨ ਕਵਾਲੀ ਸੁਣਨ ਨੂੰ ਦਿਲ ਕੀਤਾ ਤੇ ਆਪਣੇ ਜਿਹੜੇ ਸ਼ਿਸ਼ੇ ਸੀਗੇ ਉਹਨਾਂ ਨੂੰ ਕਿਹਾ ਕਿ ਕਵਾਲੀ ਸੁਣਨੀ ਹੈ ਜੀ। ਉਹ ਕਹਿੰਦੇ ਸਰਕਾਰ ਉਹ ਫਲਾਣੇ ਪਹਿਲੀ ਸਦੀ ਦੇ ਵਿੱਚ ਸੀਗੇ ਨਾ ਜਿਹੜੇ, ਉਹ ਤੇ ਕਵਾਲ ਮਰ ਗਏ ਦੇ ਆ ਤੇ ਕਹਿੰਦੇ ਉਹਨਾਂ ਦੀਆਂ ਕਬਰਾਂ ਹੈਗੀਆਂ ਨੇ? ਕਹਿੰਦੇ ਹਾਂਜੀ ਹੈਗੀਆਂ ਨੇ। ਕਹਿੰਦੇ ਚਲੋ ਫਿਰ ਉੱਥੇ ਚੱਲੀਏ। ਉਹਨਾਂ ਨੇ ਜਾ ਕੇ ਉੱਥੇ ਆਸਣ ਲਾਇਆ ਤੇ ਜਾ ਕੇ ਆਵਾਜ਼ ਦਿੱਤੀ ਉੱਠੋ ਕਵਾਲੋ ਤੇ ਕਵਾਲ ਉੱਠ ਗਏ। ਫਿਰ ਉਸ ਤੋਂ ਨਾਤ ਸਟਾਰਟ ਹੋਈ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਜ਼ਿਕਰ ਕਿਧਰ ਜਾਈ ਬਿਹਤਰ ਹੈ ਪੁੱਛਿਆ ਜਾਣਾ ਕਿੰਨਾ ਬੈਂਕ ਬੈਲੈਂਸ ਹੈ, ਅਭੀ ਨੇ ਪੁੱਛਣਾ। ਸਿਰ ਤੇ ਟੋਪੀ ਦਿੱਤੀ ਹੈ, ਪੱਗ ਬੰਨੀ ਹੈ, ਦਾੜੀ ਰੱਖੀ ਹੈ, ਸਵਾਲਾਤ ਨਹੀਂ ਹੋਣੇ ਕੀ ਪੁੱਛਿਆ ਜਾਓ? ਮਨ ਰੱਬੋ ਕਾ ਮਨ ਦੀਨੋ ਕਾ ਮਨ ਨਬੀਓ, ਦੱਸ ਤੇਰਾ ਦੀਨ ਕੀ ਹੈ, ਤੇਰਾ ਇਮਾਨ ਕੀ ਹੈ ਤੇ ਤੇਰਾ ਨਬੀ ਕੌਣ? ਇੱਥੇ ਤਿੰਨ ਸਵਾਲਾਤ ਹੋਣੇ ਨੂੰ ਚੁੱਕ ਤੇ ਫਿਰ ਕੀ ਮੁਝਸੇ
ਮੈਂ ਤੋਂ ਦੂਰਾਂ ਦੁਹਾਈ ਤੇ ਮਨ ਰੱਬੋ ਕਾ ਮਨ ਦੀਨੋ ਕਾ ਮਨ ਨਬੀਓ ਕਾ ਪੂਰੀ ਮਖਲੂਦਾ ਇਕੱਲੇ ਮੁਸਲਮਾਨਾਂ ਨੂੰ ਮਨ ਰੱਬੋ ਕਾ ਮਨ ਦੀਨੋ ਕਾ ਮਨ ਨਬੀਓ ਕਾ ਸਰਕਾਰ ਏਦਾਂ ਨਹੀਂ ਆਉਣਾ
ਉਹਨਾਂ ਨੂੰ ਬੁਲਾਣੇ ਪੈਣਾ, ਏਦਾਂ ਨਹੀਂ ਸਾਰੇ ਤਾੜੀ ਨਾਲ ਸਾਥ ਦਿਓ।
ਇਮਾਮ ਮਨਸ ਕੋ ਮਨਮ ਗੁਲਾਮ ਅਲੀ ਹਜ਼ਾਰ ਜਹਾਨ ਗੇਰਾਨ ਫਿਦਾ ਦਾ ਨਾਮ ਅਲੀ
ਜਨਮ ਹੋਣ ਵਾਲਾ ਸੀਗਾ ਤੇ ਉਹਨਾਂ ਦੇ ਜੋ ਮਾਤਾ ਜੀ ਸੀ ਉਹਨਾਂ ਨੂੰ ਇੱਕ ਆਵਾਜ਼ ਆਈ ਕਾਬੇ ਵੱਲੋਂ, ਬਾਬਾ ਜੀ ਇੱਕ ਮੈਂ ਸ਼ੇਰ ਪੜ੍ਹਨ ਲੱਗਾ, ਗੌਰ ਕਰਿਓ, ਥੋੜ੍ਹਾ ਥੋੜ੍ਹਾ ਘੱਟ ਕਰਦਾ। ਅੱਗੋਂ ਕਾਬੇ ਦਾ ਦਰਵਾਜ਼ਾ ਬੰਦ ਸੀਗਾ ਤੇ ਉਹਨਾਂ ਨੇ ਫਰਿਆਦ ਕੀਤੀ, ਸਰਕਾਰ ਜਦੋਂ ਕਿਸੇ ਨੂੰ ਬੁਲਾਈਏ ਤੇ ਇੰਜ ਬੂਹੇ ਤੇ ਨਹੀਂ ਨਾ ਬੰਦ ਕਰੀਦੇ, ਬੂਹਾ ਛੱਡ ਕੇ ਫਿਰ ਇੱਕ ਸਾਈਡ ਤੋਂ ਦੀਵਾਰ ਡਿੱਗੀ। ਜਦੋਂ ਪੇੜਾ ਬਣਾਉਂਦੇ ਸੀਗੇ ਤੇ ਇੱਕ ਬਿਰਧ ਸੀਗਾ, ਉਹ ਕਿਹੜਾ ਸੀਗਾ? ਸਾਰੀ ਉਦਾਈ ਰੂਪ ਦੀ ਨਾ ਬਾਜੇ ਤੋ ਸਾਰੀ ਉਦਾਈ ਰੂਪ ਦੀ ਨਾ ਬਾਜੇ।
ਬਾਬਾ ਕੁੰਡੀ ਵਾਲੇ ਨਾਂ 'ਤੇ ਬਹੁਤ ਸਾਰਾ ਆਸ਼ੀਰਵਾਦ, ਬਹੁਤ ਸਾਰਾ ਮਾਣ ਉਹਨਾਂ ਦੇ ਮਦਰ ਸਾਹਿਬ ਹਾਂਜੀ ਮੰਮੀ ਜੀ ਸਾਡੇ ਨੇ ਮੰਮੀ ਜੀ ਬਾਬਾ ਰਮਜਾਨ ਸ਼ਾਹ ਜੀ ਜੋ ਸਲਾਹ ਆਇਆ ਬਾਬਾ ਜੀ ਦਾ ਬਾਬਾ ਰਮਜਾਨ ਸ਼ਾਹ ਜੀ ਬਾਬਾ ਅਲੀ ਜੀ ਬਾਬਾ ਅਲੀ ਜੀ ਦੇ ਨਾਂ 'ਤੇ ਬਾਬਾ ਰਾਜ ਰਾਜ ਭੂਆ ਜੀ ਹਾਂਜੀ ਉਹਨਾਂ ਦੇ ਨਾਲ ਹਾਂਜੀ ਬਾਬੇ ਰਮਜਾਨ ਸ਼ਾਹ ਜੀ ਦੀ ਬਹੁਤ ਸਾਰੀ ਸਹੀ ਗੱਲ ਹੈ ਮੁਰਸ਼ਦ ਦਾ ਰੰਗ ਇੱਕ ਮੋਹਰ ਲੱਗ ਜਾਂਦੀ ਜਦੋਂ ਕਿਸੇ ਦੇ ਹੋ ਜਾਂਦੇ ਦੱਸਦੀ ਫਿਰ ਦੀ ਕੀ ਕਰਨੇ ਹੋ ਮੈਨੂੰ ਰੱਬ ਮੁਰਸ਼ਦ ਦਾ ਤੇਰੇ ਲੈ
ਗੁਰੂ ਵਾਲੇ ਇੱਕ ਵਾਰੀ ਹੱਥ ਉੱਪਰ ਕਰੋ ਸਾਰੇ, ਵਾਹ ਤਾੜੀ ਲਾ ਕੇ। ਮੈਂ ਰੰਗ ਬਦਾਰੀ ਕੀ ਕਰਨੇ ਹੋਵੇ ਨੂੰ ਰੰਗ ਪਰ ਜੱਟ ਤਾਂ ਚੜੇ ਆਏ।
ਚੰਗਾ ਲੱਗਾ ਤਾਲੀ ਲਾ ਦੇ। ਹੋ ਗਿਆ ਮੇਰੇ ਬਾਪ ਮੁਝ ਤੇ ਮੇਰਾ।
ਦਖਲ ਹੈ ਇਸ ਮੇ ਸ਼ਾਹੂਰ ਕਾ ਹੈ ਇਸ ਮੇ ਚਾਹੂ
वफा के करम से है बात बनी Good.
ਕੁਲੀ ਵਾਲੀ ਸਰਕਾਰ ਮੈਂ ਤੇਰੀ ਹੋ ਗਈ, ਕੁਲੀ ਵਾਲੀ ਸਰਕਾਰ ਮੈਂ ਤੇਰੀ ਹੋ ਗਈ, ਬਗਦਾਦ ਸ਼ਰੀਫ ਵੱਲ ਨੂੰ ਮੱਝਾਂ ਚਰਾਉਂਦਾ ਹੋਇਆ ਜਾ ਰਿਹਾ, ਤੇ ਅੱਗੇ ਇਸ ਤਰ੍ਹਾਂ ਜਮਾਤ ਲੱਗੀ ਹੋਈ ਹੈ, ਇਸੇ ਤਰ੍ਹਾਂ ਸਰਕਾਰ ਬੇਰਿਜ਼ਕਿਆਂ ਨੂੰ ਰਿਜ਼ਕ ਦੇਈ ਜਾ ਰਹੀ ਹੈ, ਬੇ ਔਲਾਦਾਂ ਨੂੰ ਲਾਹ ਦੇਈ ਜਾ ਰਹੀ ਹੈ। ਤੇ ਬੇ ਔਲਾਦਾਂ ਨੂੰ ਅੱਜ ਭਾਜੀ ਕਹਿ ਜਾਓ ਅੱਜ ਜਦੋਂ ਉਹਦੀ ਵਾਰੀ ਆਈ ਤੇ ਕਹਿਣਾ ਤੇ ਆਇਆ ਸੀ ਕਿ ਸਰਕਾਰ ਮੈਨੂੰ ਮੁਰੀਦ ਬਣਾ ਲਓ, ਤੇ ਕਾਲੀ ਕਾਲੀ 'ਚ ਕੀ ਕਹਿ ਬੈਠਾ ਮੈਨੂੰ ਪੀਰ ਬਣਾ ਦਿਓ। ਸਰਕਾਰ ਮੁਸਕਰਾਉਣ ਲੱਗ ਪਏ ਤੇ ਪਹਿਲਾ ਸ਼ਖਸ ਜਿਹੜਾ ਮੁਰੀਦੀ ਨਹੀਂ ਪੀਰੀ ਲੈਣ ਲਈ ਆਇਆ, ਤੇ ਸਰਕਾਰ ਨੇ ਕਿਹਾ ਜਾ ਤੈਨੂੰ ਪੀਰੀ ਦਿੱਤੀ ਪਰ ਇੱਕ ਅਲਫ ਪਕਾਉਣੇ ਪੈਣਾ, ਅੱਲਾ ਅੱਲਾ ਕਹਿਣੇ ਪੈਣਾ। ਤੇ ਕੀ ਹੋਇਆ ਕਿ ਗੁੱਜਰ ਨੇ ਅਲਫ ਨੂੰ ਇੰਨਾ ਕੁ ਪਕਾ ਲਿਆ, ਇੰਨਾ ਕੁ ਪਕਾ ਲਿਆ ਕਿ ਉਸ ਤੋਂ ਕੰਮ ਲੈਣਾ ਸਟਾਰਟ ਕਰ ਦਿੱਤਾ। ਅਲਫ ਕਹਿ ਕੇ ਮੱਝਾਂ ਨੂੰ ਚਾਰਨ ਭੇਜ ਦੇਣਾ ਤੇ ਅਲਫ ਕਰਕੇ ਬੁਲਾ ਲੈਣਾ। ਤੇ ਇੱਕ ਦਿਨ ਖਾਲੀ ਖੂਹ ਤੇ ਬਹਿ ਕੇ ਇਬਾਦਤ ਕਰ ਰਿਹਾ ਸੀਗਾ, ਜਮਾਤ ਵਾਲੇ ਲੋਕ ਆ ਰਹੇ ਤੇ ਉਹਨਾਂ ਨੇ ਸੋਚਿਆ ਕਿ ਕਿਤੇ ਪਾਣੀ ਦਾ ਕਿਤੇ ਅਰੇਂਜਮੈਂਟ ਹੋ ਜਾਵੇ ਕਿਤੇ, ਤੇ ਸਰਕਾਰ ਉੱਤੇ ਖੂਹ ਤੇ ਬੈਠੇ ਸੀਗੇ ਜੋ ਗੁੱਜਰ ਬੈਠਾ ਸੀਗਾ, ਤੇ ਗੁੱਜਰ ਕੋਲ ਆ ਕੇ ਕਹਿੰਦੇ ਵੀ ਸ਼ਖਸਾ ਅਸੀਂ ਵਜੂ ਕਰਨਾ, ਕੋਈ ਪਾਣੀ ਪਾਣੀ ਢੰਗ ਦਾ ਕੋਈ ਅਰੇਂਜਮੈਂਟ ਹੋ ਜਾਏਗਾ। ਤੇ ਉਸਨੇ ਅਲਫ ਕਹਿ ਕੇ ਖਾਲੀ ਖੂਹ ਚਲਾ ਦਿੱਤਾ, ਹੋ ਗਿਆ ਖਾਲੀ ਖੂਹ ਚਲਾ ਦਿੱਤਾ। ਉਹ ਹੈਰਾਨ ਪਰੇਸ਼ਾਨ ਹੋ ਗਏ ਸਾਰੇ ਕਿ ਇੱਕ ਆਮ ਆਦਮੀ ਐਡੀ ਵੱਡੀ ਪਾਵਰ ਲਈ ਬੈਠਾ। ਤੇ ਕੀ ਹੋਇਆ, ਉਹ ਕਹਿੰਦੇ ਵੀ ਅਸੀਂ ਵੀ ਪੀਰ ਗੁਰੂ ਪੀਰ ਵਾਲੇ ਹਾਂ ਪਰ ਇਹ ਕੀ ਚੀਜ਼ ਹੈ। ਉਹ ਭਲਾ ਕੀ ਕਹਿੰਦਾ, ਉਹ ਤੇਰੇ ਸਦਕੇ ਮੈਂ ਮੀਰਾ, ਤੇਰੇ ਸਦਕੇ ਮੈਂ ਮੀਰਾ, ਤੇਰੇ ਸਦਕੇ ਮੈਂ ਮੀਰਾ।
ਸਿਤਾਰੇ ਤੇ ਮੈਂ ਨਾਚ ਕਰਾਇਆ
ਬੁੱਲੇ ਸ਼ਾਹ ਦਾ ਕਲਾਮ ਜ਼ਰੂਰ ਜੀ ਕੁਝ ਨੀ ਮੇਰੇ ਪੱਲੇ ਜੇ ਮੈਂ ਵੇਖਾਂ ਮਲਾਵਲ ਤਾਂ ਕੁਝ ਨੀ ਮੇਰੇ ਪੱਲੇ ਉਹ ਜੇ ਦੇਖਾਂ ਰਹਿਮਤ ਵੱਲੇ
ਮੁਰਸ਼ਦ ਊਚਾ ਕੇ ਜਾਵਾਂ ਨਾ ਉੱਚਿਆ ਬੋਲੋ, ਕੇ ਜਾਵਾਂ ਨਾ ਉੱਚਿਆ ਬੋਲੋ, ਬੱਲੇ 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 ਬੱਲੇ।
ਸੋਹਣਾ।